ਇਹ ਪਰਿਵਾਰ ਸਾਂਭੀ ਬੈਠਾ 80 ਸਾਲ ਪੁਰਾਣੇ ਗੱਡੇ। ਦਾਦੇ ਪੜਦਾਦਿਆਂ ਦੇ ਸਮੇਂ ਦਾ ਹੈ ਇਹ ਗੱਡਾ। 20 ਕਿਲੋ ਪਿੱਤਲ ਤੇ 10 ਕਿਲੋ ਲੱਗਿਆ ਹੈ ਇਸ ਤੇ ਤਾਂਬਾ। ਗੱਡੇ ਤੇ ਕੀਤੀ ਹੈ ਮੋਰ ਅਤੇ ਹੋਰ ਪਸ਼ੂਆਂ ਦੀ ਮੀਨਾਕਾਰੀ। ਸੜਕਾਂ ਤੇ ਵੀ ਲੋਕ ਖੜ ਖੜ ਖਿਚਵਾਉਂਦੇ ਨੇ ਫੋਟੋਆਂ। ਪਿੰਡ ਦੂਹੇ ਵਾਲਾ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਆ ਜੀ। ਹਰਮੀਤ ਜੀ, ਜਿਹੜਾ ਇਹ ਤੁਹਾਡੇ ਕੋਲ ਦੋ ਗੱਡੇ ਨੇ, ਕਿੰਨੇ ਸਾਲ ਪੁਰਾਣੇ ਨੇ ਜੀ? ਇਹ ਘੱਟੋ ਘੱਟ 80 ਸਾਲ ਪੁਰਾਣੇ ਗੱਡੇ ਹੋਣਗੇ ਜੀ, 80-85 ਸਾਲ। ਇਹ ਮਤਲਬ ਇਸ ਤੇ ਕੌਣ ਕੰਮ ਕਰਦਾ ਰਿਹਾ ਜੀ? ਮਤਲਬ ਕਿੰਨੀ ਪੀੜ੍ਹੀ ਹੈ ਜੀ ਜਿਹੜੀ ਦੇਖ ਰਹੇ? ਇਹ ਮੇਰਾ ਡੈਡੀ ਜੀ, ਦਾਦਾ ਅਤੇ ਮੇਰਾ ਪੜਦਾਦਾ, ਅਤੇ ਮੇਰੇ ਪੜਦਾਦੇ ਨੇ ਮਤਲਬ ਕਿ ਇਹ ਬਣਵਾਇਆ ਸੀ ਜੀ ਘਰ ਦੇ ਵਿੱਚ, ਮੇਰੇ ਦਾਦਾ ਜੀ ਦੱਸਦੇ ਹੁੰਦੇ ਸੀ। ਹਾਂਜੀ, ਇਹ ਤੇ ਕੀ ਲੱਗਿਆ ਜੀ? ਇਹਦੇ 'ਤੇ ਘੱਟੋ ਘੱਟ 20 ਕਿਲੋ ਪਿੱਤਲ ਲੱਗਿਆ ਜੀ, 10 ਕਿਲੋ ਤਾਂਬਾ ਲੱਗਿਆ, ਅਤੇ ਇਹਦੇ 'ਤੇ ਮੀਨਾਕਾਰੀ ਕੀਤੀ ਹੁੰਦੀ ਜਿਵੇਂ ਤੋਤੇ ਮੋਰ ਘੁੱਗੀਆਂ ਅਲੱਗ ਅਲੱਗ ਮੀਨਾਕਾਰੀ ਕੀਤੀ ਹੈ ਜੀ। ਇਹ 1947 ਤੋਂ ਪਹਿਲਾਂ ਦਾ ਗੱਡਾ ਜੀ। ਤੁਸੀਂ ਦੱਸ ਰਹੇ ਸੀ ਵੀ ਤੁਹਾਡੇ ਪੜਦਾਦੇ ਦੀ ਬਰਾਤ ਵੀ ਇਹਦੇ 'ਤੇ ਗਈ ਸੀਗੀ, ਇਹ ਗੱਲ ਸਰ? ਹਾਂਜੀ, ਮੇਰਾ ਦਾਦਾ ਜੀ ਦੱਸਦੇ ਹੁੰਦੇ ਸੀ, ਉਹਨਾਂ ਦੇ ਬਾਪੂ ਦੀ ਬਰਾਤ ਨੇ ਗੱਡੇ 'ਤੇ ਗਈ ਸੀ, ਅਤੇ ਘੱਟੋ ਘੱਟ ਪਹਿਲਾਂ ਬਰਾਤਾਂ 8-8, 10-10 ਦਿਨ ਰਹਿੰਦੀਆਂ ਹੁੰਦੀਆਂ ਸੀ ਜੀ। ਅਤੇ ਪਹਿਲਾਂ ਇਹ ਆਪਣਾ ਮੇਨ ਸਾਧਨ ਹੀ ਹੁੰਦਾ ਸੀ, ਕਹਿੰਦੇ ਢੋਆ ਢਵਾਈ ਦੇ, ਜਾਂ ਕਿਤੇ ਸ਼ਹਿਰ ਜਾਣਾ, ਜਾਂ ਕੋਈ ਫਸਲ ਮੰਡੀਆਂ 'ਚ ਲੈ ਕੇ ਜਾਣੀ, ਜਾਂ ਕੋਈ ਵਿਆਹ ਸ਼ਾਦੀਆਂ ਦੇ ਵਿੱਚ। ਆਪਣਾ ਮੇਨ ਗੱਡਾ ਹੀ ਇੱਕ ਇਹ ਧੁਰਾ ਸੀ ਆਪਣੀ ਖੇਤੀ ਦਾ ਜੀ। ਇਹਨੂੰ ਲੋਕ ਦੂਰੋਂ ਦੂਰੋਂ ਦੇਖਣ ਵੀ ਆਉਂਦੇ ਆ ਜੀ? ਹਾਂਜੀ, ਕਈ ਪਿੰਡਾਂ ਦੇ ਆਉਂਦੇ ਆ ਦੇਖਣ ਆਉਂਦੇ ਆ, ਕਈ ਬਜ਼ੁਰਗ ਇਹ ਚੀਜ਼ ਨੂੰ ਦੇਖ ਕੇ ਬੜੇ ਖੁਸ਼ ਹੁੰਦੇ ਆ। ਜਦੋਂ ਅਸੀਂ ਕਈ ਵਾਰੀ ਇਹਨੂੰ ਕਿਤੇ ਲੈ ਕੇ ਜਾਈਏ, ਬਜ਼ੁਰਗ ਠਲ ਠਲ ਕੇ ਪੁੱਛਦੇ ਆ, ਗੱਡੇ ਨਾਲ ਫੋਟੋਆਂ ਖਿਚਾਉਂਦੇ ਆ ਜੀ। ਹੁਣ ਜਿਹੜੇ ਹੈਗੇ ਆ, ਮਤਲਬ ਤੁਸੀਂ ਇਹਨੂੰ ਕਿਤੇ ਲੈ ਕੇ ਜਾਂਦੇ ਹੋ, ਪ੍ਰਦਰਸ਼ਿਤ ਵੀ ਕਰਦੇ ਹੋ ਜੀ ਇਹਨੂੰ? ਹਾਂਜੀ ਹਾਂਜੀ, ਇਹਦੇ ਨਾਲ ਅਸੀਂ ਉਸੇ ਟਾਈਮ ਦਾ ਜਿਵੇਂ ਨਾਨਕਾ ਮੇਲ ਆ, ਜਾਗੋ ਬਲਦ ਜੋੜ ਕੇ ਅਸੀਂ ਇਹਨੂੰ ਲੈ ਕੇ ਜਾਂਦੇ ਹਾਂ ਜੀ। ਜਿੱਥੇ ਕੋਈ ਸਾਨੂੰ ਬੁੱਕ ਕਰੇ, ਉੱਥੇ ਅਸੀਂ ਪੁਰਾਣੇ ਟਾਈਮ ਦਾ ਵਿਆਹ ਉਵੇਂ ਸੈਲਫੀ ਪੁਆਇੰਟ ਬਣਾ ਕੇ ਉਸ ਤਰ੍ਹਾਂ ਦੇ ਅਸੀਂ ਬਲਦ ਜੋੜ ਕੇ ਨਾਨਕਾ ਮੇਲ ਲੈ ਕੇ ਜਾਂਦੇ ਹਾਂ ਜੀ ਬਰਾਤ। ਹੁਣ ਤੁਸੀਂ ਕਿੰਨਾ ਕੁ ਦੀ ਧਿਆਨ ਕਰਦੇ, ਮਤਲਬ ਖਿਆਲ ਰੱਖਦੇ ਹੋ, ਕਿਸ ਤਰ੍ਹਾਂ ਸਾਫ਼ ਸਫਾਈ ਦਾ ਕਿਵੇਂ ਕਰਦੇ ਹੋ? ਅਸੀਂ ਜੀ ਇਹ ਰੋਜ਼ ਸਾਫ਼ ਸਫਾਈ ਕਰਦੇ, ਇਹਨੂੰ ਸ਼ੈੱਡ ਠੱਲੇ ਠੱਲਦੇ ਹਾਂ ਜੀ, ਅੰਦਰ ਠੱਲਦੇ ਹਾਂ। ਹੁਣ ਤਾਂ ਅਸੀਂ ਬਾਹਰ ਕੀਤਾ ਆ, ਤਕਰੀਬਨ ਇਹ ਸਾਡੇ ਸ਼ੈੱਡਾਂ ਦੇ ਥੱਲੇ ਅੰਦਰ ਹੀ ਖੜ੍ਹਾ ਹੁੰਦਾ, ਇਹਦੀ ਅਸੀਂ ਬਹੁਤ ਜ਼ਿਆਦਾ ਸੰਭਾਲ ਕਰਦੇ ਹਾਂ ਜੀ। ਇਹ ਦੂਸਰਾ ਜਿਹੜਾ ਗੱਡਾ ਹੈਗਾ, ਉਹ ਕਿੰਨਾ ਪੁਰਾਣਾ ਹੈਗਾ ਜੀ? ਉਹ ਵੀ ਗੱਡਾ ਘੱਟੋ ਘੱਟ ਹੋਣਾ ਵੀ 60-65 ਸਾਲ ਪੁਰਾਣਾ ਹੋਣਾ ਜੀ। ਉਹ ਤੁਹਾਡੇ ਕੌਣ ਲੈ ਕੇ ਆਏ ਸੀਗੇ ਜੀ? ਉਹ ਮੇਰੇ ਦਾਦਾ ਜੀ ਲੈ ਕੇ ਆਏ ਸੀ ਜੀ। ਹਾਂਜੀ ਹਾਂਜੀ, ਇਹਨਾਂ ਦੇ ਪਹਿਲਾਂ ਨਾ ਲੱਕੜ ਦੇ ਪਹੀਆਂ ਦੀਆਂ ਜੋੜੀਆਂ ਹੁੰਦੀਆਂ ਸੀ, ਲੱਕੜ ਦੇ ਪਹੀਆਂ ਦੀਆਂ ਜੋੜੀਆਂ ਹੁੰਦੀਆਂ ਸੀ, ਇਹ ਟਾਹਲੀ ਦੀ ਲੱਕੜ ਤੋਂ ਤਿਆਰ ਹੁੰਦਾ ਸੀ ਜੀ। ਟਾਹਲੀ ਕਾਲੀ ਟਾਹਲੀ ਹੁੰਦੀ ਸੀ, ਪੂਰੀ ਵਧੀਆ ਲੱਕੜ ਤੋਂ ਇਹ ਗੱਡੇ 'ਤੇ ਜਿੰਨੀ ਵੀ ਲੱਕੜ ਲੱਗੀ ਸਾਰੀ ਟਾਹਲੀ ਦੀ ਲੱਗੀ ਆ। ਜਿਹੜੀ ਪਹੀਆਂ ਦੀ ਜੋੜੀ ਹੁੰਦੀ ਸੀ ਜੀ, ਉਹ ਵੀ ਟਾਹਲੀ ਦੀ ਹੁੰਦੀ ਸੀ ਜੀ। ਉਹ ਜੋੜੀ ਹੁਣ ਅਸੀਂ ਖਰਾਬ ਹੋ ਗਈ ਸੀ, ਉਹ ਅਸੀਂ ਲਾਹ 'ਤੇ, ਫਿਰ ਸਾਨੂੰ ਇਹ ਕਿਤੇ ਲੈ ਕੇ ਜਾਣਾ ਹੋਵੇ, ਹੁਣ ਅਸੀਂ ਇਹ ਰਬੜ ਦੇ ਟਾਇਰ ਲਾ 'ਤੇ ਜੀ ਆਪਣੇ। ਹਾਂਜੀ ਹਾਂਜੀ, ਹੋਰ ਕਦੇ ਕਿਸੇ ਨੇ ਇਹਨੂੰ ਖਰੀਦਣ ਦੀ ਪੇਸ਼ਕਸ਼ ਕੀਤੀ ਹੋਵੇ? ਬਹੁਤ ਜਣਿਆਂ ਨੇ ਖਰੀਦਣ ਦਾ ਸਾਨੂੰ ਕਿਹਾ ਜੀ, ਔਫਰ ਦਿੱਤਾ, ਪਰ ਅਸੀਂ ਇਹਨੂੰ ਦਿੰਦੇ ਨਹੀਂ ਗੇ, ਕਿਉਂਕਿ ਸਾਡੀ ਵਿਰਾਸਤੀ ਚੀਜ਼ ਆ ਜੀ। ਹਾਂਜੀ ਹਾਂਜੀ,
ਹੋਰ ਵੀ ਕੁਛ ਤੁਹਾਡੇ ਕੋਲ ਵਿਰਾਸਤੀ ਸਮਾਨ ਹੈ ਜੀ? ਸਾਡੇ ਕੋਲ ਜੀ 3000 ਆਈਟਮਾਂ ਜਿਹੜੀਆਂ ਅਲੋਪ ਹੋ ਚੁੱਕੀਆਂ ਜੀ। ਕੀ ਨਾਂ ਜੀ ਤੁਹਾਡਾ, ਕਿੱਥੋਂ ਦੇ ਹੋ? ਮੇਰਾ ਨਾਮ ਸੁਖਪ੍ਰੀਤ ਕੌਰ ਹੈ, ਅਸੀਂ ਪਿੰਡ ਦੂਹੇ ਵਾਲਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਰਹਿਣ ਵਾਲੇ। ਸੁਖਪ੍ਰੀਤ ਜੀ, ਤੁਹਾਡੇ ਪਰਿਵਾਰ 'ਚ ਜਿਹੜੇ 2 ਗੱਡੇ ਹੈਗੇ ਆ, ਇਹ ਇਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਇਹ ਸਾਡੇ ਪਰਿਵਾਰ ਦਾ ਇੱਕ ਹਿੱਸਾ ਗੱਡੇ, ਸਾਡੇ ਇਹਨਾਂ ਗੱਡਿਆਂ ਦੇ ਨਾਲ ਹੀ ਸਾਡੇ ਪਰਿਵਾਰ ਨੂੰ ਜਾਣਿਆ ਜਾਂਦਾ। ਜਦੋਂ ਵੀ ਕਿਸੇ ਨੇ ਕੁਛ ਪੁੱਛਣਾ ਹੁੰਦਾ ਸਾਡੇ ਘਰ ਬਾਰੇ, ਸਾਨੂੰ ਗੱਡਿਆਂ ਵਾਲਾ ਕਹਿ ਕੇ ਹੀ ਬੁਲਾਇਆ ਜਾਂਦਾ ਵੀ ਗੱਡੇ ਵਾਲੇ ਘਰ ਅਸੀਂ ਜਾਣਾ। ਕਿਵੇਂ ਲੱਗ ਰਿਹਾ ਵੀ ਦਾਦੇ ਪੜਦਾਦਿਆਂ ਦੀ ਵਿਰਾਸਤ ਨੂੰ ਸਾਂਭਦੇ ਹੋ ਤੁਸੀਂ, ਅਤੇ ਤੁਸੀਂ ਵੀ ਇਹਦੀ ਸੇਵਾ ਕਰਦੇ ਹੋ ਜੀ? ਹਾਂਜੀ, ਬਹੁਤ ਵਧੀਆ ਲੱਗਦਾ ਦੇਖ ਕੇ ਵੀ ਆਪਣੇ ਦਾਦੇ ਪੜਦਾਦਿਆਂ ਨੇ ਇਹ ਵਿਰਾਸਤ ਸਾਂਭ ਕੇ ਰੱਖੀ ਹੋਈ ਹੈ, ਅਤੇ ਸਾਨੂੰ ਬਹੁਤ ਵਧੀਆ ਲੱਗਦਾ। ਅੱਜ ਕੱਲ੍ਹ ਦੇ ਜ਼ਮਾਨੇ ਦੇ ਵਿੱਚ ਕਿਸੇ ਨੂੰ, ਬੱਚਿਆਂ ਨੂੰ ਨਹੀਂ ਇਸ ਬਾਰੇ ਪਤਾ ਗਾ, ਅਤੇ ਜੋ ਅਸੀਂ ਵਿਰਾਸਤ ਸਾਂਭ ਕੇ ਰੱਖੀ ਹੈ ਇਸ ਦੇ ਬਾਰੇ ਅਸੀਂ ਗਾਂਹ ਦੀ ਗਾਂਹ ਜਾਣੂ ਕਰਵਾਉਂਦੇ ਹਾਂ ਵਿਰਾਸਤ ਬਾਰੇ। ਤੁਸੀਂ ਵੀ ਸੇਵਾ ਕਰਦੇ ਹੋ ਇਹਨਾਂ ਦੀ? ਹਾਂਜੀ, ਪਹਿਲਾਂ ਮੇਰੇ ਪਤੀ ਨੂੰ ਇਹ ਸ਼ੌਂਕ ਸੀਗਾ ਬਚਪਨ ਤੋਂ, ਅਤੇ ਉਹਨਾਂ ਦੇ ਨਾਲ ਹੁਣ ਮੇਰਾ ਵੀ ਇਹ ਸ਼ੌਂਕ ਬਣ ਗਿਆ ਜੀ। ਅਤੇ ਤੁਹਾਡੇ ਗਾਂਹ ਬੱਚੇ ਵੀ ਇਹਦਾ ਸਾਂਭ ਸਫਾਈ ਕਰਦੇ? ਸਰ ਬੱਚੇ, ਹੁਣ ਬੱਚਿਆਂ ਦੀ ਤਾਂ ਅਲੱਗ ਲਾਈਫ ਆ ਜੀ, ਉਹ ਕੀ ਕਰਨਗੇ ਕੀ ਨਹੀਂ ਵੱਡੇ ਹੋ ਕੇ, ਪਰ ਅਸੀਂ ਇਹਨਾਂ ਦੀ ਸਾਂਭ ਸੰਭਾਲ ਜ਼ਰੂਰ ਕਰਾਂਗੇ ਜੀ। ਫਿਰ ਵੀ ਹੁਣ ਜਿਵੇਂ ਛੋਟੇ ਬੱਚੇ ਹੈਗੇ, ਥੋੜ੍ਹੇ ਬਹੁਤ ਰਿਸਪੋਂਸ ਤਾਂ ਇੱਧਰਲੇ ਪਾਸੇ ਦਿੰਦੇ ਹੀ ਹੋਣਗੇ ਵੀ ਸਾਨੂੰ ਚੀਜ਼ ਮਿਲਦੀ ਹੈ? ਹਾਂਜੀ, ਇੱਦਾਂ ਤਾਂ ਦਿੰਦੇ ਆ ਜੀ, ਉਹ ਰਿਸਪੋਂਸ ਕਰਾਉਂਦੇ ਸਾਡੇ ਨਾਲ ਹੈਲਪ ਸਾਰੇ ਕੰਮ।